ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ, ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਅਤੇ ਪਾਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ। ਆਪਣੇ ਮੈਂਟੋਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਅਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 30 ਦਸੰਬਰ 2023 ਦੇ ਦਿਨ ਹੈ ਸ਼ਨੀਵਾਰ, ਯਾਨੀ ਸੈਟਰਡੇ। ਕ੍ਰਿਸ਼ਨ ਪਕਸ਼ ਤ੍ਰਿਤੀਆ ਤਿਥੀ ਰਹੇਗੀ ਸਵੇਰ ਦੇ 9:45 ਤੱਕ। ਅੱਜ ਗੰਡਮੂਲ ਹੈ ਪਰ ਪੰਚਕ ਨਹੀਂ। ਗੱਲ ਕਰੀਏ ਰਾਹੂ ਕਾਲ ਦੀ, ਤੇ ਸਵੇਰ ਦੇ 9:47 ਤੋਂ ਲੈ ਕੇ ਸਵੇਰ ਦੇ 11:04 ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਇੱਕ ਹੋਰ ਇਨਆਸਪੀਸ਼ੀਅਸ ਟਾਈਮ ਜਿਹੜਾ ਕਿ ਮੈਂ ਰੋਜ਼ ਦੱਸਦੀ ਹਾਂ, ਜਿਹਨੂੰ ਕਿ ਯਮਗੰਧਮ ਕਾਲ ਕਹਿੰਦੇ ਨੇ, ਜਿਹਦੇ ਵਿੱਚ ਵੀ ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਕੋਈ ਇੰਪੋਰਟੈਂਟ ਡਿਸੀਜਨ ਲੈਣਾ ਹੋਵੇ ਤੇ ਅਵੋਇਡ ਕਰ ਦਿੱਤਾ ਜਾਵੇ ਤੇ ਬਿਹਤਰ ਹੁੰਦਾ ਹੈ। ਆਹ ਸਮਾਂ ਰਹੇਗਾ ਦੁਪਹਿਰ ਦੇ 1:40 ਤੋਂ ਲੈ ਕੇ ਦੁਪਹਿਰ ਦੇ 2:57 ਤੱਕ। ਹੁਣ ਜੇ ਜ਼ਰੂਰੀ ਕੰਮ ਕਰਨਾ ਹੈ ਤਾਂ ਦਿਨ ਦਾ ਸ਼ੁਭ ਸਮਾਂ ਵੀ ਪਤਾ ਹੋਣਾ ਚਾਹੀਦਾ, ਉਹ ਹੀ ਦੱਸ ਰਹੀ ਹਾਂ, ਜ਼ਰੂਰ ਨੋਟ ਕਰਨਾ ਹੈ। ਅੱਜ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਉਹ ਰਹੇਗਾ ਦੁਪਹਿਰ ਦੇ 3:03 ਤੋਂ ਲੈ ਕੇ ਸ਼ਾਮ ਦੇ 4:19 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਅੱਜ ਵਧੀਆ ਦਿਨ ਨਜ਼ਰ ਆ ਰਿਹਾ ਹੈ। ਕਿਸੇ ਅਜਨਬੀ ਨਾਲ ਇੱਕ ਚੰਗਾ ਕਨੈਕਸ਼ਨ, ਚੰਗਾ ਬੌਂਡ ਤੁਹਾਡਾ ਬਣ ਸਕਦਾ ਹੈ। ਹੈਲਥ ਫਰੰਟ ਦੇ ਉੱਤੇ ਦਿਨ ਜ਼ਰੂਰ ਅਟੈਂਸ਼ਨ ਮੰਗਦਾ ਹੈ। ਕੋਈ ਟੈਸਟ ਤੁਹਾਡੇ ਡਿਊ ਚੱਲ ਰਹੇ ਸੀ, ਕੋਈ ਮੈਡੀਕਲ ਗਾਈਡੈਂਸ ਤੁਸੀਂ ਅਵੋਇਡ ਕਰਕੇ ਚੱਲ ਰਹੇ ਸੀ, ਤੁਹਾਨੂੰ ਜ਼ਰੂਰਤ ਪੈ ਸਕਦੀ ਹੈ। ਕਿਤੇ ਛੁੱਟੀਆਂ ਦੇ ਉੱਤੇ ਘੁੰਮਣ ਜਾਣ ਦਾ ਮੌਕਾ ਵੀ ਤੁਹਾਨੂੰ ਮਿਲ ਸਕਦਾ ਹੈ। ਕੋਈ ਪਲਾਨਿੰਗ ਨਹੀਂ ਕੀਤੀ ਸੀ ਵਕੇਸ਼ਨ ਤੋਂ ਜੁੜੀ ਹੋਈ ਤਾਂ ਹੁਣ ਤੁਸੀਂ ਕਰ ਸਕਦੇ ਹੋ। ਪਾਰਟਨਰ ਨਾਲ ਕੁਆਲਿਟੀ ਟਾਈਮ ਬਿਤਾ ਕੇ ਅੱਜ ਤੁਹਾਨੂੰ ਕਾਫੀ ਵਧੀਆ ਮਹਿਸੂਸ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਮਜੈਂਟਾ, ਅਤੇ ਤੁਸੀਂ ਉਪਾਅ ਕੀ ਕਰਨਾ, ਸ਼ਿਵਲਿੰਗ ਦੇ ਉੱਤੇ ਜਲ ਅਭਿਸ਼ੇਕ ਜ਼ਰੂਰ ਕਰਨਾ ਹੈ ਅਤੇ ਨਾਲ 5 ਬੇਲ ਪੱਤਰ ਚੜ੍ਹਾਉਣੇ ਨੇ। ਬੇਲ ਪੱਤਰ ਜਿਹੜੇ ਚੜ੍ਹਾਉਣੇ ਨੇ ਉਹ ਉਲਟੇ ਕਰਕੇ ਚੜ੍ਹਾਉਣੇ ਨੇ। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਪਣੀ ਗਲਤੀਆਂ ਨੂੰ ਲੈ ਕੇ ਜੇ ਇੱਕ ਸੈਲਫ ਅੰਡਰਸਟੈਂਡਿੰਗ ਹੋਣੀ ਸ਼ੁਰੂ ਹੋ ਜਾਏ ਨਾ, ਸੈਲਫ ਰਿਅਲਾਈਜੇਸ਼ਨ ਹੋਣੀ ਸ਼ੁਰੂ ਹੋ ਜਾਏ ਤਾਂ ਲਾਈਫ ਬਹੁਤ ਜਲਦੀ ਆਸਾਨ ਹੋ ਸਕਦੀ ਹੈ। ਇਸ ਕਰਕੇ ਜੇ ਗਲਤੀ ਕੀਤੀ ਹੈ ਤਾਂ ਸੌਰੀ ਬੋਲਣ 'ਚ ਵੀ ਹਰਜ ਨਹੀਂ ਹੋਣਾ ਚਾਹੀਦਾ। ਅੱਜ ਜਿਹੜਾ ਹੈ, ਜਿਹੜੇ ਇੰਪਲੋਈਜ਼ ਤੁਹਾਡੇ ਵਾਸਤੇ ਕੰਮ ਕਰਦੇ ਨੇ ਉਹਨਾਂ ਨਾਲ ਥੋੜ੍ਹੀ ਸਖਤਾਈ ਘੱਟ ਕਰਨ ਦੀ ਜ਼ਰੂਰਤ ਹੈ। ਅੱਜ ਓਵਰਆਲ ਦਿਨ ਜਿਹੜਾ ਹੈ ਕਾਫੀ ਪ੍ਰੋਡਕਟਿਵ ਰਹੇਗਾ, ਕਾਫੀ ਕੁਛ ਤੁਸੀਂ ਹਾਸਿਲ ਕਰ ਸਕਦੇ ਹੋ ਅਤੇ ਨਾਲ ਨਾਲ ਆਪਣੇ ਸਪਾਊਸ ਨਾਲ ਜਾਂ ਲਾਈਫ ਪਾਰਟਨਰ ਨਾਲ ਕਿਤੇ ਘੁੰਮਣ ਜਾਣ ਦਾ ਮੌਕਾ ਵੀ ਤੁਹਾਨੂੰ ਮਿਲ ਸਕਦਾ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 3, ਲੱਕੀ ਕਲਰ ਰਹੇਗਾ ਗੋਲਡਨ, ਅਤੇ ਤੁਸੀਂ ਉਪਾਅ ਕੀ ਕਰਨਾ, ਜਿੰਨਾ ਮੁਮਕਿਨ ਹੋਵੇ ਅੱਜ ਸਫੇਦ ਚੀਜ਼ਾਂ ਦਾ ਦਾਨ ਜ਼ਰੂਰ ਕਰਨਾ। ਤੁਸੀਂ ਚਾਵਲ ਹੋਵੇ, ਦੁੱਧ ਹੋਵੇ, ਦਹੀਂ ਹੋਵੇ, ਪਨੀਰ ਹੋਵੇ ਜਾਂ ਸਫੇਦ ਰਸਗੁੱਲੇ ਹੋਣ, ਜ਼ਰੂਰਤਮੰਦ ਲੋਕਾਂ 'ਚ ਜ਼ਰੂਰ ਵੰਡਣੇ ਚਾਹੀਦੇ ਹਨ। ਜਮਨਾ ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਅੱਜ ਪੋਲੀਟਿਕਸ ਤੋਂ ਦੂਰ ਹੀ ਬਣਾ ਕੇ ਚੱਲਣੀ ਹੈ। ਹੁਣ ਇਹ ਪੋਲੀਟਿਕਸ ਸਰਕਾਰ ਵਾਲੀ ਪੋਲੀਟਿਕਸ ਨਹੀਂ, ਬਲਕਿ ਜਿਹੜੇ ਕਿ ਤੁਹਾਡੇ ਆਸ ਪਾਸ ਵਾਲੇ ਲੋਕ, ਭਾਵੇਂ ਉਹ ਵਰਕ ਪਲੇਸ 'ਤੇ ਹੈ ਜਾਂ ਫਿਰ ਘਰੇਲੂ ਮਾਹੌਲ 'ਚ, ਜਿਹੜੇ ਲੋਕ ਕੋਈ ਨਾ ਕੋਈ ਰਾਜਨੀਤੀ ਖੇਡਦੇ ਰਹਿੰਦੇ ਨੇ ਨਾ, ਅੱਜ ਨਾ ਤਾਂ ਆਪਣਾ ਮੂਡ ਖਰਾਬ ਕਰਨਾ, ਨਾ ਹੀ ਉਹਨਾਂ ਦੀ ਗੱਲਾਂ 'ਚ ਇੰਟਰਫੇਅਰ ਕਰਨਾ। ਇਸ ਕਰਕੇ ਆਪਣੀ ਮੈਂਟਲ ਪੀਸ ਬਣਾ ਕੇ ਰੱਖਣ ਵਾਸਤੇ ਉੱਥੋਂ ਦੂਰੀ ਬਣਾ ਕੇ ਰੱਖਣਾ ਹੀ ਚੰਗਾ ਹੋਏਗਾ। ਸਟੂਡੈਂਟਸ ਤੋਂ ਆਪਣੀ ਸਕਿੱਲਸ ਦਿਖਾਉਣ ਦਾ ਮੌਕਾ ਮਿਲੇਗਾ, ਕਿਸੇ ਨਾ ਕਿਸੇ ਇਗਜ਼ਾਮ ਵਾਸਤੇ ਜੇ ਤੁਸੀਂ ਅਪੀਅਰ ਕਰ ਰਹੇ ਹੋ ਤਾਂ ਰਿਜ਼ਲਟ ਚੰਗੇ ਆਉਣਗੇ। ਕਿਸੇ ਨਾਲ ਤੁਸੀਂ ਕੋਈ ਕਮਿਟਮੈਂਟ ਕੀਤੀ ਸੀ, ਕੋਈ ਵਾਅਦਾ ਕੀਤਾ ਸੀ ਤਾਂ ਜ਼ਰੂਰ ਪੂਰਾ ਕਰਨਾ ਚਾਹੀਦਾ, ਨਹੀਂ ਤਾਂ ਨੁਕਸਾਨ ਵਾਲੀ ਸਥਿਤੀਆਂ ਬਣ ਸਕਦੀਆਂ ਨੇ। ਅਤੇ ਰਿਸ਼ਤੇ ਸੰਵਾਰਨ ਦਾ ਅੱਜ ਤੁਹਾਨੂੰ ਸੁਨਹਿਰਾ ਮੌਕਾ ਮਿਲ ਸਕਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਯੈਲੋ, ਅਤੇ ਤੁਸੀਂ ਉਪਾਅ ਕੀ ਕਰਨਾ, ਜ਼ਰੂਰਤਮੰਦ ਲੋਕਾਂ 'ਚ ਜੇ ਪੈਰਾਂ 'ਚ ਪਾਉਣ ਵਾਸਤੇ ਜੁਰਾਬਾਂ ਜਾਂ ਫਿਰ ਬੂਟ ਜਿਹੜੇ ਦਵਾ ਦਿੱਤੇ ਜਾਣ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਅੱਜ ਸਿਤਾਰੇ ਕਹਿੰਦੇ ਨੇ ਕਿ ਐਡਵੋਕੇਟਸ ਵਾਸਤੇ, ਲੋਇਰਸ ਵਾਸਤੇ, ਯਾਨੀ ਕਿ ਲੋਅ
ਨਾਲ ਜਿਹੜੇ ਵੀ ਲੋਕ ਤਾਲੁਕ ਰੱਖਦੇ ਨੇ ਅੱਜ ਉਹਨਾਂ ਵਾਸਤੇ ਬੜਾ ਹੀ ਆਸ਼ਾਜਨਕ ਦਿਨ ਰਹੇਗਾ। ਕਿਸੇ ਅੱਜ ਐਡਵੈਂਚਰਸ ਵਿਅਕਤੀ ਨਾਲ ਵੀ ਗੱਲਬਾਤ ਹੋ ਸਕਦੀ ਹੈ, ਦੋਸਤੀ ਹੋ ਸਕਦੀ ਹੈ, ਜਿਹੜਾ ਕਿ ਨੇਚਰ ਨੂੰ ਐਕਸਪਲੋਰ ਕਰਨ ਵਾਸਤੇ ਤੁਹਾਨੂੰ ਹੋਰ ਜ਼ਿਆਦਾ ਇੰਸਪਾਇਰ ਕਰਨ। ਹੈਲਥ ਨੂੰ ਲੈ ਕੇ ਜੇ ਕੋਈ ਵੀ ਲਾਪਰਵਾਹੀ ਕੀਤੀ ਤਾਂ ਉੱਥੇ ਜ਼ਰੂਰ ਭਾਰੀ ਪੈ ਸਕਦਾ ਹੈ। ਅਤੇ ਨਾਲ ਨਾਲ ਅੱਜ ਜਿਹੜਾ ਹੈ ਕਿਸੇ ਜ਼ਰੂਰੀ ਕੰਮ ਦੇ ਵਾਸਤੇ ਤੁਹਾਨੂੰ ਆਪਣੇ ਪਾਰਟਨਰ ਦੀ, ਆਪਣੇ ਸਪਾਊਸ ਦੀ ਮਦਦ ਵੀ ਕਰਨੀ ਪੈ ਸਕਦੀ ਹੈ। ਅੱਜ ਸ਼ਾਮ ਦੇ ਸਮਾਂ ਤੁਹਾਨੂੰ ਉਹਨਾਂ ਵਾਸਤੇ ਅਵੇਲੇਬਲ ਜ਼ਰੂਰ ਰਹਿਣਾ ਚਾਹੀਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਕ੍ਰੀਮ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਧਰਮਸ਼ਾਲਾ 'ਚ ਆਪਣੀ ਸ਼ਰਧਾ ਅਨੁਸਾਰ, ਆਪਣੇ ਸਮਰਥ ਅਨੁਸਾਰ ਹਰੀ ਸਬਜ਼ੀਆਂ ਦਾ ਦਾਨ ਜ਼ਰੂਰ ਦੇਣਾ। ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਅੱਜ ਜਿਹੜੀ ਹੈ ਫੋਲਟ ਫਾਈਂਡਿੰਗ ਜਾਂ ਫਿਰ ਕ੍ਰਿਟੀਸਿਜ਼ਮ ਵਾਲੀ ਕਿਤੇ ਨਾ ਕਿਤੇ ਨਵੀਂ ਆਦਤ ਡਿਵੈਲਪ ਹੋ ਰਹੀ ਹੈ ਨਾ, ਇਹਦੇ ਉੱਤੇ ਲਗਾਮ ਲਗਾਉਣਾ, ਰੋਕ ਲਗਾਉਣਾ ਜ਼ਰੂਰੀ ਹੋਏਗਾ, ਨਹੀਂ ਤਾਂ ਤੁਹਾਡੇ ਆਸ ਪਾਸ ਵਾਲੇ ਤੁਹਾਡੇ ਕੋਲੋਂ ਨਾਰਾਜ਼ ਰਹਿਣਾ ਸ਼ੁਰੂ ਹੋ ਜਾਣਗੇ। ਪੈਸੇ ਦੀ ਲੈਣ ਦੇਣ ਦੇ ਵਿੱਚ ਅੱਜ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਤੇ ਨਾ ਕਿਤੇ ਗਲਤੀ ਹੋਣ ਦੇ ਚਾਂਸਿਸ ਨਜ਼ਰ ਆ ਰਹੇ ਨੇ। ਅੱਜ ਥੋੜ੍ਹਾ ਜਿਹਾ ਅਟੈਂਟਿਵ ਅਪਰੋਚ ਵੀ ਹੋਣੀ ਚਾਹੀਦੀ ਹੈ, ਕਿਸੇ ਦੀ ਗੱਲਾਂ 'ਚੋਂ ਆਉਣ ਤੋਂ ਪਹਿਲਾਂ ਤੁਹਾਨੂੰ ਇਨਵੈਸਟਮੈਂਟ ਜਿਹੜੀ ਹੈ ਨਹੀਂ ਕਰਨੀ ਚਾਹੀਦੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 5, ਲੱਕੀ ਕਲਰ ਰਹੇਗਾ ਸਕਾਈ ਬਲੂ, ਅਤੇ ਤੁਸੀਂ ਉਪਾਅ ਕੀ ਕਰਨਾ, ਘਰ ਦੇ ਵੱਡਿਆਂ ਤੋਂ ਕੁਛ ਪੈਸੇ ਲੈਣੇ, ਸਿੱਕੇ ਲੈਣੇ, ਉਹਨੂੰ ਲਾਲ ਕੱਪੜੇ 'ਚ ਬੰਨ ਕੇ ਤੁਸੀਂ ਸਾਰਾ ਦਿਨ ਆਪਣੇ ਕੋਲ ਜ਼ਰੂਰ ਰੱਖਣਾ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਭ ਤੋਂ ਪਹਿਲਾਂ ਸਿਤਾਰੇ ਹਦਾਇਤ ਦੇ ਰਹੇ ਹੈ ਕਿ ਬੱਚਿਆਂ ਨੂੰ ਕਿ ਆਪਣੇ ਫਰੈਂਡ ਸਰਕਲ ਨੂੰ ਬਹੁਤ ਸੋਚ ਵਿਚਾਰ ਕੇ ਜਿਹੜਾ ਹੈ ਆਪਣਾ ਫਰੈਂਡ ਸਰਕਲ ਐਕਸਪੈਂਡ ਕਰਨਾ ਹੈ। ਕਿਹਨੂੰ ਕਿਹਦੇ ਨਾਲ ਤੁਸੀਂ ਕਿਹੜੇ ਸੀਕਰੇਟ ਸ਼ੇਅਰ ਕਰ ਰਹੇ ਹੋ, ਅੱਜ ਥੋੜ੍ਹੀ ਜਿਹੀ ਅਟੈਂਟਿਵ ਅਤੇ ਅਲਰਟ ਅਪਰੋਚ ਜ਼ਰੂਰ ਹੋਣੀ ਚਾਹੀਦੀ ਹੈ। ਬਿਜ਼ਨਸ ਮੈਨ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਵਾਸਤੇ ਦਿਨ ਬੇਹੱਦ ਖਾਸ ਰਹੇਗਾ, ਤੁਸੀਂ ਆਪਣੇ ਗੋਲਸ ਨੂੰ ਅਚੀਵ ਕਰ ਸਕਦੇ ਹੋ। ਇਨਫੈਕਟ ਸ਼ੋਪਕੀਪਰਸ ਅਤੇ ਰਿਟੇਲਰਸ ਵਾਸਤੇ ਵੀ ਅੱਜ ਦਾ ਦਿਨ ਖਾਸ ਰਹੇਗਾ, ਚੰਗੀ ਕਮਾਈ ਜਿਹੜੀ ਹੈ ਤੁਹਾਡੀ ਜਨਰੇਟ ਹੋ ਸਕਦੀ ਹੈ। ਪਾਸਟ 'ਚ ਤੁਸੀਂ ਕੋਈ ਇਨਵੈਸਟਮੈਂਟ ਕੀਤਾ ਹੋਇਆ ਸੀ, ਕਿਸੇ ਨੂੰ ਕਰਜ਼ਾ ਉਧਾਰ ਦਿੱਤਾ ਸੀ, ਉਹ ਪੈਸਾ ਵੀ ਹੁਣ ਮੁੜ ਸਕਦਾ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਰੈੱਡ, ਅਤੇ ਤੁਸੀਂ ਉਪਾਅ ਕੀ ਕਰਨਾ, ਕਾਲੇ ਕੁੱਤੇ ਨੂੰ ਤੇਲ ਨਾਲ ਚੋਪੜੀ ਰੋਟੀ ਪਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਜਿਹੜੇ ਲੋਕ ਜੋਬ ਚੇਂਜ ਵਾਸਤੇ ਬੇਹੱਦ ਡੈਸਪਰੇਟ ਮਹਿਸੂਸ ਕਰ ਰਹੇ ਨੇ ਨਾ, ਤੁਹਾਨੂੰ ਥੋੜ੍ਹਾ ਜਿਹਾ ਆਪਣੇ ਸੀਵੀ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ। ਹੁਣ ਦੋ ਤਰੀਕੇ ਨੇ ਇਹਦੇ, ਪਹਿਲੀ ਚੀਜ਼ ਕਿ ਆਪਣੇ ਸੀਵੀ ਨੂੰ ਜੋ ਜੋ ਤੁਸੀਂ ਕਰ ਰਹੇ ਹੋ ਰਿਜ਼ਿਊਮੇ ਵਿੱਚ ਉਹ ਪੋਲਿਸ਼ ਕਰ ਲਿੱਤੇ ਜਾਣ, ਚੰਗੀ ਤਰ੍ਹਾਂ ਕਿਸੇ ਨਾਲ ਕੰਸਲਟ ਕਰਕੇ ਉਹ ਚੀਜ਼ਾਂ ਨੂੰ ਪ੍ਰੈਜੈਂਟ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਕੀਤਾ ਜਾਵੇ। ਦੂਜਾ, ਆਪਣੇ ਰਿਜ਼ਿਊਮੇ ਨੂੰ ਅਤੇ ਆਪਣੇ ਆਪ ਨੂੰ ਅਪਗ੍ਰੇਡ ਕਰਨ ਵਾਸਤੇ ਕੋਈ ਨਾ ਕੋਈ ਨਵੀਂ ਸਕਿੱਲ ਜਿਹੜੀ ਹੈ ਉਹ ਸਿੱਖੀ ਜਾਵੇ, ਕਿਸੇ ਕੋਈ ਕੋਰਸ 'ਚ ਤੁਸੀਂ ਐਨਰੋਲ ਕਰਨਾ ਚਾਹੁੰਦੇ ਹੋ ਤਾਂ ਅੱਜ ਦਾ ਦਿਨ ਕਾਫੀ ਸਿਗਨੀਫਿਕੈਂਟ ਰਹੇਗਾ। ਅੱਜ ਤੁਸੀਂ ਕੋਈ ਖਰੀਦਦਾਰੀ ਕਰਨਾ ਚਾਹ ਰਹੇ ਸੀ, ਉਹਦੇ ਵਾਸਤੇ ਵੀ ਦਿਨ ਖਾਸ ਰਹੇਗਾ, ਚੰਗਾ ਜਿਹੜਾ ਹੈ ਮਜ਼ੇਦਾਰ ਚੀਜ਼, ਮਜ਼ੇਦਾਰ ਡਿਸਕਾਊਂਟ ਤੇ ਤੁਹਾਨੂੰ ਮਿਲ ਸਕਦੀ ਹੈ। ਸਟੂਡੈਂਟਸ ਨੂੰ ਆਪਣੇ ਕੌਨਫੀਡੈਂਸ ਨੂੰ ਲੈ ਕੇ ਜਿਹੜਾ ਹੈ, ਜੇ ਕਿਤੇ ਡਾਊਟ ਹੋ ਰਹੇ ਸੀਗੇ ਤਾਂ ਨਹੀਂ ਹੋਣੇ ਚਾਹੀਦੇ, ਤੁਹਾਡੇ ਰਿਜ਼ਲਟ ਜਿਹੜੇ ਨੇ ਤੁਹਾਡੀ ਮਿਹਨਤ ਦੇ ਅਕੋਰਡਿੰਗਲੀ ਵਧੀਆ ਆਉਣਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਪੀਚ, ਅਤੇ ਤੁਸੀਂ ਉਪਾਅ ਕੀ ਕਰਨਾ, ਗਊ ਨੂੰ ਭਿੱਜੇ ਹੋਏ ਚਨੇ ਅਤੇ ਨਾਲ ਗੁੜ ਪਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸਕੋਰਪੀਓ ਯਾਨੀ ਵ੍ਰਿਸ਼ਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਚੱਲਦੇ ਹੋਏ ਪ੍ਰੋਜੈਕਟ 'ਚ ਕਿਤੇ ਨਾ ਕਿਤੇ ਅੜਚਣਾਂ ਆ ਸਕਦੀਆਂ ਨੇ, ਕੋਈ ਆਫਿਸ ਦੇ ਵਿੱਚ ਤੁਹਾਡੇ ਕੰਮ ਜਾਂ ਤੁਹਾਡੇ ਪਲਾਨ ਦੇ ਵਿੱਚ ਰੋੜੇ ਪੈਦਾ ਕਰਨ ਦੀ ਕੋਸ਼ਿਸ਼ ਵੀ ਕਰ ਸਕਦਾ, ਆਪਣੀ ਪੇਸ਼ੈਂਸ ਬਣਾ ਕੇ ਚੱਲਣੀ ਹੈ, ਗੁੱਸੇ ਦੇ ਉੱਤੇ ਅੱਜ ਜ਼ਰੂਰ ਕਾਬੂ ਕਰਕੇ ਚੱਲਣਾ। ਇਨਵੈਸਟਮੈਂਟ ਕੋਈ ਪਲਾਨ ਕਰਕੇ ਚੱਲ ਰਹੇ ਸੀ ਤਾਂ ਬਿਲਕੁਲ ਕਰ ਸਕਦੇ ਹੋ, ਪਰ ਨਾਲ ਨਾਲ ਕਿਸੇ ਵੀ ਡਾਕੂਮੈਂਟ 'ਤੇ ਅੱਜ ਸਾਈਨ ਕਰਨ ਤੋਂ ਪਹਿਲਾਂ ਬਰੀਕੀ ਨਾਲ ਉਹਨੂੰ ਜ਼ਰੂਰ ਪੜ੍ਹਨਾ ਚਾਹੀਦਾ। ਬੱਚਿਆਂ ਨੂੰ ਆਪਣੀ ਡਿਸਟਰੈਕਸ਼ਨਸ ਤੋਂ ਦੂਰ ਰਹਿਣਾ ਹੈ, ਪੜ੍ਹਾਈ ਨੂੰ ਨਜ਼ਰਅੰਦਾਜ਼ ਨਹੀਂ ਕਰਨਾ, ਅੱਜ ਨਜ਼ਰਅੰਦਾਜ਼ ਜੇ ਕਰਨਾ ਹੈ ਤਾਂ ਉਹ ਸਾਰੇ ਕੰਮਾਂ ਨੂੰ ਜਿਹੜੇ ਕਿ ਤੁਹਾਨੂੰ ਪੜ੍ਹਨ ਨਹੀਂ ਦਿੰਦੇ। ਆਪਣੀ ਲਾਈਫ ਸਟਾਈਲ ਵਿੱਚ ਜੇ ਥੋੜ੍ਹੇ ਬਹੁਤੇ ਚੇਂਜਸ ਕਰ ਲਿੱਤੇ ਜਾਣ ਤਾਂ ਤੁਹਾਡੀ ਫਿਟਨੈਸ ਅਤੇ ਐਨਰਜੀ ਲੈਵਲ ਹੋਰ ਜ਼ਿਆਦਾ ਉਮਦਾ ਹੋ ਸਕਦਾ।
ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਮਰੂਨ, ਤੇ ਤੁਸੀਂ ਉਪਾਏ ਕੀ ਕਰਨਾ? ਸ਼੍ਰੀ ਗਣੇਸ਼ ਚਾਲੀਸਾ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਜਲਦਬਾਜ਼ੀ 'ਚ ਲਿੱਤੇ ਗਏ ਡਿਸੀਜਨਸ ਜਾਂ ਜਿਹੜੇ ਫੈਸਲੇ ਤੁਸੀਂ ਲੈ ਰਹੇ ਹੋ ਉਹਨਾਂ 'ਚ ਨੁਕਸਾਨ ਜ਼ਰੂਰ ਦਿਖਾਈ ਦੇ ਰਿਹਾ। ਇਸ ਕਰਕੇ ਕੁਛ ਵੀ ਕਿਉਂ ਨਾ ਹੋਵੇ, ਪੇਸ਼ੈਂਸ ਨਾਲ, ਸੂਝਬੂਝ ਨਾਲ ਅੱਜ ਦਿਨ ਨੂੰ ਜ਼ਰੂਰ ਕੱਟਣਾ। ਅੱਜ ਜਿਹੜਾ ਹੈ ਮਿਹਨਤ ਦਾ ਫਲ ਤੁਹਾਨੂੰ ਮਿਲੇਗਾ, ਕੁਝ ਡਿਲੇ ਤੋਂ ਬਾਅਦ ਮਿਲੇਗਾ, ਪਰ ਇਹ ਫਰਸਟ੍ਰੇਸ਼ਨ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣੀ। ਫੈਮਿਲੀ ਗੈਟ ਟੂਗੈਦਰ ਜਾਂ ਰੀਯੂਨੀਅਨ ਦੇ ਸੰਕੇਤ ਨਜ਼ਰ ਆ ਰਹੇ ਨੇ। ਜਿਹੜੇ ਲੋਕ ਆਪਣੇ ਘਰੋਂ ਦੂਰ ਰਹਿੰਦੇ ਨੇ, ਘਰ ਪਰਿਵਾਰ ਤੋਂ ਦੂਰ ਰਹਿੰਦੇ ਨੇ, ਉਹਨਾਂ ਨੂੰ ਆਪਣੀ ਫੈਮਿਲੀ ਨੂੰ ਮਿਲਣ ਦਾ ਵੀ ਮੌਕਾ ਜ਼ਰੂਰ ਮਿਲੇਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਪਿੰਕ, ਅਤੇ ਤੁਸੀਂ ਉਪਾਏ ਕੀ ਕਰਨਾ? ਕਿਸੇ ਵੀ ਧਰਮ ਸਥਲ ਦੇ ਉੱਤੇ ਜੇ ਆਪਣੀ ਸ਼ਰਧਾ ਅਨੁਸਾਰ ਦਾਲ ਅਤੇ ਆਟਾ ਜਾ ਕੇ ਦੇ ਦਿੱਤਾ ਜਾਵੇ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਜਿਹੜੇ ਲੋਕਾਂ ਦੀ ਤਬੀਅਤ ਠੀਕ ਨਹੀਂ ਚੱਲ ਰਹੀ ਸੀ, ਸਿਹਤ ਸੰਬੰਧਿਤ ਕੋਈ ਨਾ ਕੋਈ ਪ੍ਰੋਬਲਮ ਚੱਲ ਰਹੀ ਸੀ, ਉਹਨਾਂ ਦੀ ਸਿਹਤ 'ਚ ਹੁਣ ਸੁਧਾਰ ਨਜ਼ਰ ਆ ਰਿਹਾ ਹੈ। ਪੋਜ਼ੀਟਿਵ ਅੱਜ ਜ਼ਰੂਰ ਰਹਿਣਾ, ਕਿਉਂਕਿ ਪੋਜ਼ੀਟਿਵਿਟੀ ਨਾਲ ਹੀ ਘਰ 'ਚ ਖੁਸ਼ੀਆਂ ਜਿਹੜੀਆਂ ਨੇ ਹੋਰ ਜ਼ਿਆਦਾ ਵਧਣਗੀਆਂ। ਲੰਬੇ ਸਮੇਂ ਤੋਂ ਬਾਅਦ ਜਿਹੜਾ ਹੈ ਹੁਣ ਤੁਹਾਨੂੰ ਬ੍ਰੇਕ ਲੈਣ ਦਾ ਮੌਕਾ ਮਿਲੇਗਾ, ਕੋਈ ਛੁੱਟੀਆਂ ਜਿਹੜੀਆਂ ਨੇ ਉਹ ਪਲਾਨ ਕੀਤੀ ਜਾ ਸਕਦੀਆਂ ਨੇ। ਕੋਈ ਚੀਜ਼ ਗੁੰਮ ਗਈ ਸੀ ਜਾਂ ਤੁਸੀਂ ਕਿਤੇ ਰੱਖ ਕੇ ਭੁੱਲ ਗਏ ਸੀ, ਅੱਜ ਉਹ ਵੀ ਤੁਹਾਨੂੰ ਮਿਲ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 17, ਲੱਕੀ ਕਲਰ ਰਹੇਗਾ ਬਰਾਊਨ, ਅਤੇ ਤੁਸੀਂ ਉਪਾਏ ਕੀ ਕਰਨਾ? ਕਿਸੇ ਵੀ ਧਰਮਸ਼ਾਲਾ 'ਚ ਜੇ ਅੱਜ ਬਿਸਤਰਿਆਂ ਦਾ ਦਾਨ ਦਿੱਤਾ ਜਾਵੇ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ। ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਅੱਜ ਥੋੜ੍ਹਾ ਜਿਹਾ ਪੇਸ਼ੈਂਸ ਅੱਜ ਤੁਹਾਡੀ ਟੈਸਟ ਹੋ ਸਕਦੀ ਹੈ, ਸਪੈਸ਼ਲੀ ਜਿਹੜੇ ਲੋਕ ਜੁਆਇੰਟ ਫੈਮਿਲੀ ਸੈਟਅਪ 'ਚ ਰਹਿੰਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਉਹ ਤੁਹਾਡੇ ਵਾਸਤੇ ਮੁਸ਼ਕਿਲਾਂ ਵੱਧ ਸਕਦੀਆਂ ਨੇ। ਕੋਈ ਆਈਟਮ ਜਿਹੜੀ ਹੈ ਘਰ ਦੀ, ਕੋਈ ਜ਼ਰੂਰੀ ਚੀਜ਼ ਤੁਸੀਂ ਕਿਤੇ ਰੱਖ ਕੇ ਭੁੱਲ ਗਏ ਸੀ ਅਤੇ ਉਹਨੂੰ ਲੱਭਣ ਵਾਸਤੇ ਵੀ ਥੋੜ੍ਹੀ ਪੇਸ਼ੈਂਸ ਦੀ ਜ਼ਰੂਰਤ ਹੋਏਗੀ। ਜਿਹੜੇ ਲੋਕ ਕੋਈ ਲੌਂਗ ਡਰਾਈਵ 'ਤੇ ਜਾ ਰਹੇ ਨੇ ਜਾਂ ਲੌਂਗ ਡਿਸਟੈਂਸ ਟਰੈਵਲ ਕਰਨਾ ਚਾਹ ਰਹੇ ਨੇ, ਕੁਛ ਚੈਲੇਂਜਸ ਦਾ ਸਾਹਮਣਾ ਅੱਜ ਤੁਹਾਨੂੰ ਕਰਨਾ ਪੈ ਸਕਦਾ ਹੈ, ਅਤੇ ਪਾਰਟਨਰ ਨੂੰ ਉਹਨਾਂ ਦੀ ਪਰਸਨਲ ਸਪੇਸ ਦੇਣੀ ਜ਼ਰੂਰੀ ਹੋਏਗੀ, ਨਹੀਂ ਤਾਂ ਕਿਤੇ ਨਾ ਕਿਤੇ ਰਿਸ਼ਤੇ 'ਚ ਤਣਾਅ ਪੈਦਾ ਹੋ ਸਕਦਾ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਔਰੇਂਜ, ਅਤੇ ਤੁਸੀਂ ਉਪਾਏ ਕੀ ਕਰਨਾ? ਕਿਸੇ ਵੀ ਜ਼ਰੂਰਤਮੰਦ ਸ਼ਖਸ ਨੂੰ ਜੇ ਗਰਮ ਟੋਪੀ ਜਾਂ ਮਫਲਰ ਦਾ ਦਾਨ ਦਿੱਤਾ ਜਾਵੇ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ ਹੈ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ। ਅੱਜ ਜਿਹੜਾ ਹੈ ਕਿਸੇ ਇਵੈਂਟ 'ਤੇ ਜਾਣ ਦਾ ਜੇ ਤੁਹਾਨੂੰ ਇਨਵਾਈਟ ਆਉਂਦਾ ਹੈ ਨਾ, ਤਾਂ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ। ਕਿਸੇ ਬਹੁਤ ਇਨਫਲੂਐਂਸ਼ੀਅਲ ਸ਼ਖਸ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ। ਪੈਸਾ ਤੁਸੀਂ ਕਿਤੇ ਲਗਾਉਣਾ ਹੈ, ਕੋਈ ਮਹਿੰਗੀ ਚੀਜ਼ ਤੁਸੀਂ ਖਰੀਦਣੀ ਹੈ, ਤਾਂ ਪਹਿਲਾਂ ਕਿਸੇ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਨਾ ਚਾਹੀਦਾ ਹੈ। ਸਟੂਡੈਂਟਸ ਨੂੰ ਅੱਜ ਅਚਾਨਕ ਕੋਈ ਸਰਪ੍ਰਾਈਜ਼ ਮਿਲ ਸਕਦਾ ਹੈ। ਪਾਰਟਨਰ ਅੱਜ ਜਿਹੜੇ ਸਿੰਗਲ ਨੇ ਉਹਨਾਂ ਦੀ ਲਾਈਕ ਮਾਈਂਡਡ ਸ਼ਖਸ ਨਾਲ ਮੁਲਾਕਾਤ ਹੋ ਸਕਦੀ ਹੈ, ਵਿਆਹ ਦੀ ਗੱਲਬਾਤ ਵੀ ਅੱਗੇ ਵਧਣੀ ਸ਼ੁਰੂ ਹੋ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 22, ਲੱਕੀ ਕਲਰ ਰਹੇਗਾ ਮਰੂਨ, ਅਤੇ ਤੁਸੀਂ ਉਪਾਏ ਕੀ ਕਰਨਾ? ਇੱਕ ਬੰਦ ਗੋਭੀ ਲੈਣੀ ਹੈ, ਉਹਦੇ 4 ਟੁਕੜੇ ਕਰਨੇ, ਉਹਦੇ ਉੱਤੇ ਥੋੜ੍ਹੀ ਜਿਹੀ ਸ਼ੱਕਰ ਪਾ ਕੇ ਅੱਜ ਗਊ ਨੂੰ ਜ਼ਰੂਰ ਪਾਉਣਾ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਅਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।